ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਾਂ ਸਭ ਤੋਂ ਪਹਿਲਾਂ ਅਰੋੜਾ ਕਲਾਸ ਦੇ ਇਸ ਆਫਿਸ਼ੀਅਲ ਯੂਟਿਊਬ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬੱਚੇ ਦੇ ਮੈਸੇਜ ਆ ਰਹੇ ਸੀ, ਬਹੁਤ ਬੱਚੇ ਡਿਮਾਂਡ ਸੀ ਕਿ ਸਰ ਜੋ ਆਪਣੇ ਕੋਰਸ ਚੱਲ ਰਹੇ ਨਾ, ਇਹਨਾਂ ਦੇ ਜੋ ਪ੍ਰਾਈਸ ਹੈ ਇਹ ਥੋੜ੍ਹੇ ਲੈਸ ਕੀਤੇ ਜਾਣ। ਤੁਹਾਨੂੰ ਪਤਾ ਹੋਏਗਾ ਕਿ ਅਰੋੜਾ ਕਲਾਸ ਹਰੇਕ ਫੈਸਟੀਵਲ ਦੇ ਕਹਿ ਲਓ ਜਾਂ ਫਿਰ ਹਰੇਕ ਕਿਸੇ ਨਾ ਕਿਸੇ ਟੀਚਰ ਦੇ ਬਰਥਡੇ 'ਤੇ ਆਫਰ ਜ਼ਰੂਰ ਲੈ ਕੇ ਆਉਂਦਾ। ਅਤੇ ਇਹ ਜਿਹੜਾ ਹੁਣ ਆਫਰ ਸ਼ੁਰੂ ਹੋਇਆ, ਤੁਸੀਂ ਵੇਖ ਹੀ ਸਕਦੇ ਹੋ, ਇਹ ਜਿਹੜਾ ਆਫਰ ਸ਼ੁਰੂ ਹੋਇਆ ਜੀ, ਇਹ ਸ਼ੁਰੂ ਹੋਇਆ ਅਰੋੜਾ ਸਰ ਦੇ ਸਪੈਸ਼ਲ ਬਜਟ, ਹੈ ਨਾ। ਮਤਲਬ ਬਰਥਡੇ ਵੀਕ ਸ਼ੁਰੂ ਹੋ ਚੁੱਕਿਆ। ਹੁਣ ਜਿਹੜੇ ਬੱਚੇ ਵੀਡੀਓ ਦੇਖ ਰਹੇ ਨਾ, ਤੁਸੀਂ ਸਾਰੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਰ ਦਾ ਬਰਥਡੇ ਕਿੰਨੀ ਤਰੀਕ ਨੂੰ ਹੈ। ਹੁਣ ਇਹ ਤਾਂ ਪਤਾ ਲੱਗ ਗਿਆ ਕਿ ਇਸ ਹਫ਼ਤੇ, ਪਰ ਕਿੰਨੀ ਤਰੀਕ ਨੂੰ ਹੈ ਇਹ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ, ਠੀਕ ਹੈ। ਹੁਣ ਇਸ ਆਫਰ ਵਿੱਚ ਹੈ ਕੀ, ਤਾਂ ਦੇਖੋ ਜਿਹੜਾ ਸਾਰੇ ਤੋਂ ਪਹਿਲਾਂ ਡਿਸਕਾਊਂਟ ਮਿਲਦਾ ਸੀ, ਇਹ ਮਿਲਦਾ ਸੀ 500 ਰੁਪਏ ਦਾ, ਠੀਕ ਹੈ। ਬਾਅਦ ਵਿੱਚ 300 ਵਧਾ ਤਾ ਤਾਂ ਡਿਸਕਾਊਂਟ ਹੋ ਗਿਆ 800 ਦਾ, ਪਰ ਹੁਣ ਜਿਹੜਾ ਡਿਸਕਾਊਂਟ ਹੈ 500 ਰੁਪਏ ਤੁਸੀਂ ਹੋਰ ਵਧਾ ਦਿਓ ਜੀ। ਹੁਣ ਤੁਹਾਨੂੰ ਹਰੇਕ ਕੋਰਸ 'ਤੇ ਕਿੰਨਾ ਡਿਸਕਾਊਂਟ ਮਿਲੇਗਾ, ਤੁਹਾਨੂੰ ਡਿਸਕਾਊਂਟ ਮਿਲੇਗਾ 1300 ਰੁਪਇਆ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਊਂਟ ਹੈ, ਠੀਕ ਹੈ। ਤਾਂ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਜਿਵੇਂ ਇਲੈਕਸ਼ਨ ਖਤਮ ਹੋਣਗੇ, ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹ ਜੋ ਸਾਰੀਆਂ ਵਕੈਂਸੀਆਂ ਨਿਕਲ ਚੁੱਕੀਆਂ ਸੀ, ਡੇਟ ਤਾਂ ਲੰਘ ਚੁੱਕੀ ਹੈ, ਹੁਣ ਇਹਨਾਂ ਦੇ ਕੀ ਹੋਣਗੇ, ਇਹਨਾਂ ਦੇ ਬਸ ਐਗਜ਼ਾਮ ਸਟਾਰਟ ਹੋਣਗੇ। ਅਤੇ ਹੁਣ ਕਿਹੜੀਆਂ ਵਕੈਂਸੀਆਂ ਹੈਗੀਆਂ ਜਿਹੜੀਆਂ ਆਫਟਰ ਇਲੈਕਸ਼ਨ ਆਉਣਗੀਆਂ, ਉਹ ਇਹ ਵਾਲੀ ਸਾਰੀ ਹੈ। ਮੈਂ ਪਹਿਲਾਂ ਵੀਡੀਓ 'ਚ ਵੀ ਦੱਸਿਆ, ਵਕੈਂਸੀਆਂ ਬਹੁਤ ਹੈ, ਵਕੈਂਸੀਆਂ ਬਹੁਤ ਹੈ, ਬਸ ਤੁਸੀਂ ਥੋੜ੍ਹੀ ਮਿਹਨਤ ਕਰਕੇ ਆਪਣੀ ਜੋਬ ਲੈ ਸਕਦੇ ਹੋ, ਠੀਕ ਹੈ। ਪਟਵਾਰੀ ਹੋ ਗਿਆ, ਵੀਡੀਓ ਹੋ ਗਿਆ, ਇਹ ਪੰਜਾਬ ਪੁਲਿਸ, ਠੀਕ ਹੈ ਜੀ, ਇਹ ਤਾਂ ਹੋ ਗਿਆ 1450 ਵਕੈਂਸੀ, ਠੀਕ ਹੈ। ਇਹ ਸਾਰੀਆਂ ਵਕੈਂਸੀਆਂ ਆਫਟਰ ਇਲੈਕਸ਼ਨ ਆਪਾਂ ਦੇਖਣ ਨੂੰ ਮਿਲ ਸਕੇ, ਠੀਕ ਹੈ। ਹੁਣ ਮੈਂ ਤੁਹਾਨੂੰ ਕਿਉਂ ਕਹਿ ਰਹੇ ਕਿ ਅਸੀਂ ਅਰੋੜਾ ਕਲਾਸਿਸ ਜੁਆਇਨ ਕਰ ਲਓ, ਜੁਆਇਨ ਕਰਨ ਤੋਂ ਤੁਸੀਂ ਹੋਰ ਵੀ ਕਰ ਸਕਦੇ ਹੋ। ਮੈਂ ਤਾਂ ਵੈਸੇ ਇਹ ਕਹੂੰਗਾ ਤੁਸੀਂ ਪੰਜਾਬ ਦੀ ਜਿਹੜੀ ਮਰਜ਼ੀ ਅਕੈਡਮੀ ਜੁਆਇਨ ਕਰ ਦਿਓ, ਪਰ ਕਰ ਦਿਓ, ਆਪਣਾ ਟਾਈਮ ਖਰਾਬ ਨਾ ਕਰੋ, ਠੀਕ ਹੈ। ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਜਿਹੜੀ ਤੁਸੀਂ ਭੀੜ ਦੇਖ ਰਹੇ ਹੋ ਨਾ, ਇਹ ਭੀੜ, ਇਹ ਕੋਈ ਕਲਾਸ ਰੂਮ ਨਹੀਂ ਹੈਗਾ, ਸਗੋਂ ਕਲਾਸ ਤਾਂ ਵੈਸੇ ਹੈਗਾ ਹੀ, ਪਰ ਜਿਹੜੇ ਬੱਚੇ ਹੈ ਨਾ, ਇਹ ਉਹ ਸਟੂਡੈਂਟ ਹੈ ਜਿਨ੍ਹਾਂ ਨੇ ਅਰੋੜਾ ਕਲਾਸ ਵਿੱਚ ਆ ਕੇ ਪਹਿਲੀ ਵਾਰ ਦੇ ਵਿੱਚ ਐਗਜ਼ਾਮ ਆਪਣਾ ਕਰੈਕ ਕੀਤਾ, ਠੀਕ ਹੈ। ਤੁਸੀਂ ਦੇਖ ਰਹੇ ਦੇਖ ਸਕੋ ਪੂਰੇ ਦਾ ਪੂਰਾ ਹੋਲ ਸਾਰਾ ਭਰਿਆ ਹੋਇਆ। ਇਹ ਉਹ ਸਾਰੇ ਸਟੂਡੈਂਟ ਜਿਨ੍ਹਾਂ ਨੇ ਅਰੋੜਾ ਕਲਾਸ ਵਿੱਚ ਆ ਕੇ ਪਹਿਲੀ ਵਾਰ ਦੇ ਵਿੱਚ ਸਾਰਾ ਐਗਜ਼ਾਮ, ਜੋ ਜਿੰਨੇ ਵੀ ਐਗਜ਼ਾਮ ਹੈ, ਸਾਰੇ ਦੇ ਸਾਰੇ ਕਰੈਕ ਕੀਤੇ ਪਹਿਲੀ ਵਾਰ ਵਿੱਚ, ਠੀਕ ਹੈ ਜੀ। ਚਲੋ ਹੁਣ ਮੈਂ ਜਿਹੜੇ ਹੁਣ ਪਿਛਲੇ ਜੋ ਬੈਚ ਸਟਾਰਟ ਹੋਏ ਸੀਗੇ, ਮਤਲਬ ਹਰੇਕ ਬੈਚ ਹਾਊਸਫੁੱਲ ਹੈ, ਠੀਕ ਹੈ। ਹੁਣ ਸਟਾਰਟ ਕੀਤਾ ਸੀ 8 ਅਪ੍ਰੈਲ ਦਾ ਬੈਚ, ਤੁਸੀਂ ਵੇਖ ਸਕਦੇ ਹੋ ਇਹ ਵੀ ਸਰ ਦਾ ਹਾਊਸਫੁੱਲ ਹੈ, ਠੀਕ ਹੈ। ਇਸ ਤੋਂ ਪਹਿਲਾਂ ਸ਼ੁਰੂ ਕੀਤਾ 4 ਮਾਰਚ, ਇਹ ਵੀ ਹਾਊਸਫੁੱਲ। ਉਸ ਤੋਂ ਪਹਿਲਾਂ ਸ਼ੁਰੂ ਕੀਤਾ 13 ਫਰਵਰੀ, ਇਹ ਵੀ ਹਾਊਸਫੁੱਲ, ਠੀਕ ਹੈ। ਇਸ ਤੋਂ ਪਹਿਲਾਂ ਸਟਾਰਟ ਕੀਤਾ 29 ਜਨਵਰੀ, ਇਹ ਵੀ ਹਾਊਸਫੁੱਲ। ਮਤਲਬ ਜਿੰਨੇ ਵੀ ਬੈਚ ਹੈ ਸਾਰੇ ਕੀ ਸੀਗੇ, ਹਾਊਸਫੁੱਲ, ਠੀਕ ਹੈ। ਹੁਣ ਦੇਖੋ ਇੱਕ ਨਾ ਕਈ ਬੱਚੇ ਡਿਮਾਂਡ ਕਰ ਰਹੇ ਸੀਗੇ ਕੋਂਸਟੇਬਲ ਟੈਸਟ ਬੈਚ ਨੂੰ ਲੈ ਕੇ, ਨਾ ਤਾਂ ਤੁਹਾਡੀ ਜੀ ਡਿਮਾਂਡ ਇਹ ਪੂਰੀ ਹੋ ਚੁੱਕੀ ਹੈ। ਜਿਨ੍ਹਾਂ ਦਾ ਸਿਲੇਬਸ ਕੰਪਲੀਟ ਹੋ ਗਿਆ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿਹੜਾ ਸਿਲੇਬਸ ਬੈਚ ਹੁੰਦਾ ਇਹ ਤੁਹਾਡਾ ਇੱਕ ਰਿਵੀਜ਼ਨ ਕਹਿ ਸਕਦੇ ਜਾਂ ਤੁਸੀਂ ਸਿੱਖਦੇ ਹੋ ਕਿ ਕੁਐਸਚਨ ਕਿੱਦਾਂ ਆਏਗੀ, ਸਿਲੇਬਸ ਕੀ ਆ, ਪਰ ਜਿਹੜੀ ਤੁਹਾਡੀ ਐਕਚੁਅਲ ਸਿਲੈਕਸ਼ਨ ਹੈ ਨਾ, ਉਹ ਤੁਹਾਡੀ ਇਸ ਟੈਸਟ ਬੈਚ ਵਿੱਚੋਂ ਹੀ ਨਿਕਲ ਕੇ ਆਏਗੀ, ਠੀਕ ਹੈ। ਇਹ ਜਿਹੜਾ ਟੈਸਟ ਬੈਚ ਹੈ ਇਹ ਜੀ ਸ਼ੁਰੂ ਹੋ ਚੁੱਕਿਆ, ਕਦੋਂ ਜੀ 13 ਮਈ ਤੋਂ ਸ਼ੁਰੂ ਹੋ ਚੁੱਕਿਆ। ਪਹਿਲਾਂ ਜਿਹੜਾ ਪ੍ਰਾਈਸ ਸੀ ਇਹ 500 ਸੀਗਾ, ਪਰ ਹੁਣ ਬਰਥਡੇ ਆਫਰ ਕਰਕੇ ਇਹਦਾ ਜੋ ਪ੍ਰਾਈਸ ਹੈ ਕਿੰਨਾ, ਸਿਰਫ 200 ਰੁਪਇਆ, ਠੀਕ ਹੈ ਜੀ। ਚਲੋ ਅਗਲਾ ਜਿਹੜਾ ਬੈਚ ਹੈਗੀ ਕੋਂਸਟੇਬਲ, ਕਾਫੀ ਬੱਚੇ ਡਿਮਾਂਡ ਸੀ, ਹਲੇ ਕਈਆਂ ਨੇ ਤਾਂ ਜੁਆਇਨ ਹੀ ਨਹੀਂ ਕੀਤਾ, ਸਿਲੇਬਸ ਬੈਚ ਹੀ ਨਹੀਂ ਕੀਤਾ, ਅਤੇ ਬੱਚਿਓ ਇਹ ਬੈਚ ਤੁਹਾਡੇ ਵਾਸਤੇ, ਠੀਕ ਹੈ। ਜੇ ਤੁਸੀਂ ਹਾਲੇ ਤੱਕ ਸਿਲੇਬਸ ਹੀ ਨਹੀਂ ਜੁਆਇਨ ਕੀਤਾ ਤਾਂ ਇਹ ਬੈਚ ਤੁਹਾਡੇ ਵਾਸਤੇ ਜੀ, ਕੋਂਸਟੇਬਲ ਦਾ ਸਪੈਸ਼ਲ ਇੱਕ ਨਵਾਂ ਬੈਚ ਸ਼ੁਰੂ ਹੋਣ ਜਾ ਰਿਹਾ 20 ਮਈ ਤੋਂ, ਠੀਕ ਹੈ। ਜਿਹਦੀ ਜੋ ਫੀਸ ਹੈ, ਫੀਸ ਇੱਥੇ 3000 ਰੁਪਏ ਸੀ, ਇੰਨੀ ਪੜ੍ਹਨੀ ਨਹੀਂ ਹੈਗੀ, ਠੀਕ ਹੈ।
ਕਿਵੇਂ ਡਿਸਕਾਊਂਟ ਲੈ ਸਕਦੇ ਇਹ ਸਾਰਾ ਮੈਂ ਪ੍ਰੋਸੈਸ ਦੱਸਾਂਗਾ। 1300 ਰੁਪਏ ਤੁਸੀਂ ਸਪੈਸ਼ਲ ਡਿਸਕਾਊਂਟ ਲੈ ਸਕਦੇ, ਠੀਕ ਹੈ। ਜਿਹੜਾ ਫਾਊਂਡੇਸ਼ਨ ਬੈਚ, ਜਿਹਨਾਂ ਨੇ ਤਿਆਰੀ ਕਰਨੀ ਹੈ ਇਕੱਲਾ ਕਾਂਸਟੇਬਲ, ਇਹ ਵੀ 20 ਮਹੀਨੇ ਸ਼ੁਰੂ ਹੋ ਰਿਹਾ, ਪਰ ਜੇਕਰ ਅਸੀਂ ਤਿਆਰੀ ਕਰਨਾ ਚਾਹੋ ਪੂਰੇ ਆਲ ਓਵਰ ਐਗਜ਼ਾਮ ਦੀ, ਕਲਰਕ ਹੋ ਗਿਆ, ਪਟਵਾਰੀ ਹੋ ਗਿਆ, ਐਸੇ ਹੀ ਹੋ ਗਿਆ, ਹੈੱਡ ਕਾਂਸਟੇਬਲ ਪੰਜਾਬ ਦੇ ਸਰਗ ਵਿਦ ਕਾਂਸਟੇਬਲ, ਤੁਸੀਂ ਇਹ ਵਾਲਾ ਬੈਚ ਵੀ ਜੁਆਇਨ ਕਰ ਸਕਦੇ ਹੋ। ਅਤੇ ਇਹ ਵਾਲਾ ਬੈਚ ਵੀ ਕਦੋਂ ਸ਼ੁਰੂ ਹੋ ਰਿਹਾ ਜੀ? ਫਾਊਂਡੇਸ਼ਨ ਬੈਚ, ਫਾਊਂਡੇਸ਼ਨ ਬੈਚ ਇਹ ਵੀ ਤੁਹਾਡਾ 20 ਮਈ ਨੂੰ ਹੀ ਸ਼ੁਰੂ ਹੋਣ ਜਾ ਰਿਹਾ, ਠੀਕ ਹੈ ਜੀ। ਕਦੋਂ ਜੀ? 20 ਮਈ ਨੂੰ ਹੀ ਸ਼ੁਰੂ ਹੋਣ ਜਾ ਰਹੇ, ਠੀਕ ਹੈ। ਹਾਂ, ਇੱਕ ਜਿਹੜਾ ਇਹ ਵਾਲਾ ਬੈਚ ਹੈ ਇਹਦੇ ਬਾਰੇ ਮੈਂ ਸਪੈਸ਼ਲ ਜ਼ਰੂਰ ਦੱਸਾਂਗਾ, ਇਹ ਜੀ ਹੈਗਾ ਮਹਾਕੁੰਭੋ ਬੈਗ। ਕੀ ਹੈ ਮਹਾਕੁੰਭੋ ਬੈਗ? ਇਹਦੇ 'ਚ ਹੋਏਗਾ ਕਿ ਇਹਦੇ 'ਚ ਨਾ ਤੁਸੀਂ ਅਲੱਗ ਅਲੱਗ ਬੈਚ ਖਰੀਦਣ ਦੀ ਲੋੜ ਨਹੀਂ ਹੈਗੀ, ਤੁਹਾਡੀ ਟੈਨਸ਼ਨ ਹੀ ਖਤਮ ਹੋ ਜਾਏਗੀ। ਕਿਉਂ ਖਤਮ ਹੋ ਜਾਏਗੀ? ਕਿਉਂਕਿ ਇਹਦੇ 'ਚ ਇੱਕ ਤਾਂ ਫਾਊਂਡੇਸ਼ਨ ਬੈਚ ਮਿਲਣਾ ਮਿਲਣਾ, ਫਾਊਂਡੇਸ਼ਨ ਬੈਚ ਤਾਂ ਮਿਲਣਾ ਹੀ ਪਿਲਣਾ, ਪਲੱਸ ਇਹਦੇ 'ਚ ਹੋਰ ਕੀ ਮਿਲੇਗਾ? ਬੇਸਿਕ ਟੈਸਟ ਬੈਚ ਸਾਰਾ ਕੰਪਲੀਟ, ਠੀਕ ਹੈ। ਐਡਵਾਂਸ ਟੈਸਟ ਬੈਚ ਹੋ ਗਿਆ, ਸਾਰਾ ਕੰਪਲੀਟ ਮਿਲੇਗਾ, ਅਤੇ ਸਾਰੇ ਸਬਜੈਕਟ ਦੀ ਐਡਵਾਂਸ ਰਿਕਾਰਡਿੰਗ ਵੀ ਮਿਲੇਗੀ। ਅਗਰ ਮੈਂ ਕੁੱਲੋ ਕੋਸਟ ਵੇਖਾਂ 10,000 ਤੋਂ ਜ਼ਿਆਦਾ ਚਲੀ ਜਾਏਗੀ, ਪਰ ਇੰਨੀ ਪੇਮੈਂਟ ਨਹੀਂ ਕਰਨੀ। ਇਹਦੀ ਜੋ ਕੋਸਟ ਹੈ ਕਿੰਨੀ? 4700, ਪਰ ਇੰਨੀ ਇਹ ਵੀ ਪੇਮੈਂਟ ਨਹੀਂ ਕਰਨੀ, ਇਹ ਵੀ ਪੇਮੈਂਟ ਨਹੀਂ ਕਰਨੀ। ਇਹੀ ਜਿਹੜਾ ਮਹਾਕੁੰਭ ਪੈਕ ਹੈ, ਤੁਸੀਂ 1300 ਰੁਪਏ ਲੈਸ ਕਰ ਦਿਓ, ਕਿੰਨਾ ਮਿਲੇਗਾ? ਇਹ ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ 3400 ਰੁਪਏ 'ਚ, ਠੀਕ ਹੈ ਜੀ। ਚਲੋ, ਕਿੰਨੇ ਦਾ ਮਿਲੇਗਾ? ਸਿਰਫ ਔਰ ਸਿਰਫ 3400 ਰੁਪਏ ਤੁਹਾਨੂੰ ਇਹ ਸਾਰਾ ਮਹਾਕੁੰਭ ਪੈਕ ਮਿਲੇਗਾ, ਠੀਕ ਹੈ ਜੀ। ਹੁਣ ਦੇਖੋ ਜੀ, ਪੀ ਐਸਟਰ, ਕਾਫੀ ਬੱਚੇ ਡਿਮਾਂਡ ਸੀਗੀ ਪੀ ਐਸਟਰ, ਇਹ ਜਿਹੜਾ ਨਵਾਂ ਬੈਚ ਹੈ ਆਪਣਾ ਸ਼ੁਰੂ ਹੋ ਚੁੱਕਿਆ 15 ਮਈ ਨੂੰ, ਠੀਕ ਹੈ। 3800 ਇਹ ਪੇਮੈਂਟ ਤੁਸੀਂ ਨਹੀਂ ਕਰਨੀ, ਠੀਕ ਹੈ। ਇਹਦੇ 'ਚੋਂ 1300 ਕਰ ਦਿਓ ਲੈਸ, ਤਾਂ ਪੇਮੈਂਟ ਕਰੋਗੇ ਕਿੰਨੀ? ਤੁਸੀਂ ਪੇਮੈਂਟ ਕਰਨੀ ਸਿਰਫ ਸਿਰਫ 2500 ਰੁਪਇਆ, ਠੀਕ ਹੈ ਜੀ। ਚਲੋ, ਹੁਣ ਦੇਖੋ, ਇਹ ਤਾਂ ਮੈਂ ਵੈਸੇ ਦੱਸ ਦਿੱਤਾ ਤੁਹਾਨੂੰ ਸਾਰਾ ਕੁਛ, ਠੀਕ ਹੈ। ਕਾਂਸਟੇਬਲ ਦਾ ਜੋ ਟੈਸਟ ਬੈਚ ਹੈ ਇਹ ਸ਼ੁਰੂ ਹੋ ਚੁੱਕਿਆ 13 ਮਈ ਤੋਂ, ਠੀਕ ਹੈ। ਜਿਹਦੀ ਫੀਸ ਕਿੰਨੀ ਹੈ? 200, ਠੀਕ ਹੈ। ਕਾਂਸਟੇਬਲ ਸਪੈਸ਼ਲ ਬੈਚ 20 ਮਈ ਤੋਂ ਇਹ ਔਨਲਾਈਨ ਫੀਸ ਹੋ ਗਈ, ਠੀਕ ਹੈ। ਤੁਹਾਨੂੰ ਐਪਲੀਕੇਸ਼ਨ ਦੇ ਕੋਰਸ 'ਤੇ ਇਹ ਵਾਲੀ ਫੀਸ ਸ਼ੋ ਹੋਏਗੀ, ਪਰ ਤੁਸੀਂ ਇਹ ਪੇਮੈਂਟ ਨਹੀਂ ਕਰਨੀ। ਜਿਵੇਂ ਅਸੀਂ AC457 ਕੂਪਨ ਕੋਡ ਲਗਾਓਗੇ ਤੁਹਾਨੂੰ 1300 ਦਾ ਡਿਸਕਾਊਂਟ ਮਿਲੇਗਾ, ਸਿਰਫ ਤੁਸੀਂ ਇੰਨੀ ਫੀਸ ਹੀ ਪੇ ਕਰਨੀ ਹੈ, ਸਮਝ ਲੱਗੀ, ਠੀਕ ਹੈ ਜੀ। ਚਲੋ, ਫਾਊਂਡੇਸ਼ਨ ਬੈਚ 20 ਮਈ ਨੂੰ ਸ਼ੁਰੂ ਹੋ ਚੁੱਕਿਆ ਜੀ, ਹੋਣ ਵਾਲਾ, ਠੀਕ ਹੈ। ਵੈਸੇ ਤਾਂ ਚਲੋ, ਪੀ ਐਸ ਟੈਡ ਬੈਚ ਇਹ 15 ਮਈ ਨੂੰ ਸ਼ੁਰੂ ਹੋਏਗਾ, ਠੀਕ ਹੈ। ਮਹਾਕੁੰਭ ਪੈ ਇਹ ਤਾਂ ਵੈਸੇ ਚੱਲ ਹੀ ਰਿਹਾ, ਵੈਸੇ 4700 ਦਾ, ਪਰ ਜੇ ਅਸੀਂ ਇਹ ਵਾਲਾ ਕੋਡ ਲਗਾਓਗੇ ਤੁਹਾਨੂੰ ਮੈਕਸੀਮਮ ਡਿਸਕਾਊਂਟ ਮਿਲੇਗਾ, ਠੀਕ ਹੈ। ਮਹਾਕੁੰਭ ਪੈ ਤੁਹਾਨੂੰ ਕਿੰਨੇ ਦਾ ਮਿਲੇਗਾ? ਸਿਰਫ ਸਿਰਫ 3400 ਰੁਪਏ ਦਾ, ਠੀਕ ਹੈ ਜੀ। ਚਲੋ, ਹੁਣ ਦੇਖੋ, ਇਹ ਤਾਂ ਦੱਸਣ ਲੋੜ ਨਹੀਂ ਹੈਗੀ, ਠੀਕ ਹੈ। ਨੰਬਰ ਆਫ ਸਲੈਕਸ਼ਨ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਲੈਕਸ਼ਨ, ਠੀਕ ਹੈ ਜੀ। ਹੁਣ ਤੁਸੀਂ ਇਹ ਬੈਚ ਜੁਆਇਨ ਕਰ ਕਿਵੇਂ ਸਕਦੇ ਹੋ ਇਹ ਵੇਖੋ ਜੀ। ਸਭ ਤੋਂ ਪਹਿਲਾਂ ਕਰਨਾ ਕੀ ਹੈ, ਜਿੰਨਾ ਕੋਲ ਐਂਡਰੋਇਡ ਮੋਬਾਈਲ ਹੈ, ਠੀਕ ਹੈ ਜੀ, ਪਲੇ ਸਟੋਰ ਵਿੱਚ ਆਇਓ, ਸਰਚ ਕਰ ਅਸੀਂ ਅਰੋੜਾ ਕਲਾਸ, ਇਹ ਵਾਲੀ ਐਪਲੀਕੇਸ਼ਨ ਤੁਸੀਂ ਕਰ ਦਿਓ ਡਾਊਨਲੋਡ। ਜਿਵੇਂ ਆਪਣਾ ਨਾਮ ਮੋਬਾਈਲ ਨੰਬਰ ਭਰੋਗੇ, ਉਸ ਤੋਂ ਬਾਅਦ ਕੀ ਹੋਏਗਾ, ਤੁਹਾਨੂੰ ਇੱਦਾਂ ਵਿਊ ਸ਼ੋ ਹੋਏਗਾ। ਜਿਹੜਾ ਤੁਹਾਨੂੰ ਇੱਦਾਂ ਵਿਊ ਸ਼ੋ ਹੋਏਗਾ, ਤੁਸੀਂ ਨੀਚੇ ਕੋਰਸ 'ਤੇ ਕਰਨਾ ਕਲਿੱਕ, ਉਸ ਤੋਂ ਬਾਅਦ ਇਸ ਡੱਬੇ ਵਿੱਚ ਕਰਨਾ ਆਪਣਾ ਫੇਵਰੇਟ ਕੋਰਸ ਸਰਚ। ਜਿਹੜਾ ਵੀ ਬੈਚ ਲੈਣਾ, ਮੰਨ ਲਓ ਲੈਣਾ ਕਾਂਸਟੇਬਲ, ਤੁਸੀਂ ਲਿਖ ਲਓ ਕਾਂਸਟੇਬਲ, ਠੀਕ ਹੈ। ਤੁਸੀਂ ਲੈਣਾ ਗਿਆ ਫਾਊਂਡੇਸ਼ਨ, ਲਿਖ ਲਓ ਫਾਊਂਡੇਸ਼ਨ, ਜਾਂ ਮਹਾਕੁੰਭ ਪੈਕ, ਜਾਂ ਪੀ ਐਸ ਟੈਡ, ਜਾਂ ਫਿਰ ਕਾਂਸਟੇਬਲ ਟੈਸਟ ਬੈਚ, ਇੱਥੇ ਸਰਚ ਮਾਰੋਗੇ ਤੁਹਾਨੂੰ ਇੱਥੇ ਕੋਰਸ ਸ਼ੋ ਹੋ ਜਾਏਗਾ। ਜਿਵੇਂ ਇਸ ਕੋਰਸ ਉੱਪਰ ਕਲਿੱਕ ਕਰੋਗੇ, ਉਸ ਤੋਂ ਬਾਅਦ ਕਰਨਾ ਕੀ ਹੈ, ਆਪਣੇ ਮੋਬਾਈਲ ਸਕਰੀਨ ਉੱਪਰ ਬਾਅਦ ਸਵਾਈਪ ਕਰਨੀ ਹੈ, ਨੀਚੇ ਲਿਖੇਗਾ ਹੈਵੇ ਕੂਪਨ ਕੋਡ ਅਪਲਾਈ ਹੇਅਰ, ਕਿਹੜੇ ਲਗਾਓਗੇ? ਤੁਸੀਂ ਲਗਾਓਗੇ ਜੀ AC457, ਠੀਕ ਹੈ ਜੀ। ਕਿਹੜਾ ਲਗਾਓਗੇ? AC457, ਤੁਹਾਨੂੰ ਮੈਕਸੀਮਮ ਡਿਸਕਾਊਂਟ ਮਿਲੇਗਾ, ਠੀਕ ਹੈ। ਉਸ ਤੋਂ ਬਾਅਦ ਕਰਨਾ, ਨੀਚੇ ਲਿਖਿਆ ਹੋਏਗਾ IM interested, ਜਿਵੇਂ ਤੁਸੀਂ IM interested 'ਤੇ ਕਲਿੱਕ ਕਰੋਗੇ, ਉਸ ਤੋਂ ਬਾਅਦ ਕਿਹਾ ਤੁਹਾਨੂੰ ਵਟਸਐਪ 'ਤੇ ਜਾਂ ਫਿਰ ਟੈਕਸਟ ਮੈਸੇਜ 'ਤੇ ਇੱਕ ਨਾ ਪੇਮੈਂਟ ਲਿੰਕ ਆਏਗਾ, ਇੱਦਾਂ ਦੇ ਇੱਕ ਤੁਹਾਨੂੰ ਇੱਕ ਮੈਸੇਜ ਆਏਗਾ, ਠੀਕ ਹੈ। ਜਿਵੇਂ ਤੁਸੀਂ ਇਸ ਬਾਏ ਨਾਓ 'ਤੇ ਕਲਿੱਕ ਕਰੋਗੇ, ਉਸ ਤੋਂ ਬਾਅਦ ਤੁਹਾਡੇ ਕੋਲ ਨਾ ਕਾਫੀ ਸਾਰੀਆਂ ਆਪਸ਼ਨ ਆ ਗਈਆਂ। ਮੈਂ ਥੋੜ੍ਹਾ ਡਾਰਕ ਕਰ ਦਿੰਦਾ, ਅਗਰ ਤੁਹਾਨੂੰ ਸ਼ੋਅ ਨਹੀਂ ਹੋ ਰਿਹਾ ਤਾਂ
ਚਲੋ ਉਸ ਤੋਂ ਬਾਅਦ ਤੁਹਾਨੂੰ ਕਾਫੀ ਸਾਰੀਆਂ ਆਪਸ਼ਨਸ ਆਉਣਗੀਆਂ ਜਿਹਦੇ ਮਰਜ਼ੀ ਰਾਹੀਂ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋ, ਠੀਕ ਹੈ ਜੀ। ਚਲੋ ਉਸ ਤੋਂ ਬਾਅਦ ਜੀ ਹੁਣ ਜਿੰਨਾ ਕੋਲ ਹੈਗੇ ਜੀ ਐਂਡ ਆਈਫੋਨ ਉਹਨਾਂ ਨੇ ਡਾਊਨਲੋਡ ਕਰਨੀਆਂ ਮਾਈ ਇੰਸਟੀਟਿਊਟ ਐਪ, ਤੁਹਾਨੂੰ ਪੁੱਛੇਗਾ ORG ਕੋਡ ਕਿਹੜਾ ਫਿਲ ਕਰੋਗੇ, ARC। ਉਸ ਤੋਂ ਬਾਅਦ ਸਾਰਾ ਪ੍ਰੋਸੈਸ ਕੀ ਹੈ ਜੀ, ਸੇਮ ਹੈ, ਠੀਕ ਹੈ। ਇੱਕ ਗੱਲ ਹੋਰ, ਜਿਨ੍ਹਾਂ ਨੇ ਹਾਲੇ ਤੱਕ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਜੁਆਇਨ ਜ਼ਰੂਰ ਕਰ ਦਿਓ, ਤੁਹਾਨੂੰ ਸਾਰੀਆਂ ਅਪਡੇਟਸ ਵਕੈਂਸੀਆਂ ਨੂੰ ਲੈ ਕੇ ਸਾਰੀਆਂ ਅਪਡੇਟਸ ਤੁਹਾਨੂੰ ਇਸ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਣਗੇ, ਠੀਕ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਸਾਨੂੰ ਇਸ ਦੋ ਨੰਬਰ 'ਤੇ ਕਾਲ ਕਰ ਸਕਦੇ ਹੋ। ਇਹਨਾਂ ਨੂੰ ਕਾਲ ਕਰਕੇ ਇਹ ਕਹਿਣਾ, ਅਗਰ ਤੁਸੀਂ ਲੈਣਾ ਚਾਹੁੰਦੇ ਹੋ ਮੈਕਸੀਮਮ ਡਿਸਕਾਊਂਟ, ਕੂਪਨ ਕੋਡ ਕਿਹੜਾ ਲਗਾਓਗੇ, AC457, ਠੀਕ ਹੈ। ਅਗਰ ਤੁਹਾਨੂੰ ਫੋਨ 'ਤੇ ਕੋਈ ਵੀ ਹੋਰ ਕੋਈ ਕੋਡ ਦੱਸਣ ਤਾਂ ਤੁਸੀਂ ਚੁੱਪ ਕਰਕੇ ਉਹ ਤੁਸੀਂ ਫੋਨ ਹੀ ਕੱਟ ਦਿਓ, ਤੁਸੀਂ ਕਹਿ ਦਿਓ ਜੀ ਕੋਡ ਲਗਾਉਣਾ ਤਾਂ AC457 ਹੀ ਲਗਾਇਓ, ਠੀਕ ਹੈ ਜੀ। ਤਾਂ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਕੀ ਵਿਦਿਆਰਥੀ ਵੀ ਇਸ ਔਫਰ ਦਾ ਫਾਇਦਾ ਚੱਕ ਸਕਣ, ਠੀਕ ਹੈ ਜੀ। ਥੈਂਕ ਯੂ।